ਧਾਗਾ ਮਾਰ ਕੇ ਪੁੱਤ ਨੂੰ ਬਿਜਲੀ ਦੇ 11,000 ਹਾਈ ਵੋਲਟੇਜ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਉਮਰ 22 ਸਾਲ ਦੀ ਕਰੀਬ ਹੈ ਅਤੇ ਉਸਦਾ ਇੱਕ 6 ਮਹੀਨੇ ਦਾ ਬੱਚਾ ਵੀ ਹੈ। ਦੱਸਦੀਏ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਦੀ 11,000 ਹਾਈ ਵੋਲਟੇਜ ਤਾਰਾਂ ਦੀ ਚਪੇਟ ਚ ਆਉਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਉਸਦਾ ਲੜਕਾ ਗਵਾਲ ਮੰਡੀ ਰਾਮ ਤੀਰਥ ਰੋਡ ਤੇ ਇੱਕ ਪੇਟੀਆਂ ਵਾਲੀ ਦੁਕਾਨ ਤੇ ਕੰਮ ਕਰਦਾ ਸੀ। ਉਹਨਾਂ ਨੇ ਕਿਹਾ ਕਿ ਮਾਲਕ ਨੇ ਉਹਨਾਂ ਦੇ ਲੜਕੇ ਜਿਸਦਾ ਨਾਮ ਬਿਰਜੂ ਗਿੱਲ ਹੈ ਉਸਦੀ ਦੁਕਾਨ ਦੀ ਛੱਤ ਉੱਤੇ ਬੋਰਡ ਲਗਾਉਣ ਲਈ ਕਿਹਾ ਅਤੇ ਬੋਰਡ ਛੱਤ ਤੇ ਲਗਾਉਣ ਜਾ ਰਿਹਾ ਸੀ ਤਾਂ ਛੱਤ ਉੱਤੇ ਲੰਘ ਰਹੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਨਾਲ ਉਹ ਬੋਰਡ ਟੱਚ ਕਰ ਗਿਆ ਤੇ ਕਰੰਟ ਦੇ ਕਾਰਨ ਉਸਦੀ ਮੌਤ ਹੋ ਗਈ। ਇਹ ਨਾ ਦਿਹਾੜੀ ਲਾਉਣ ਡਿਆ ਸੀ ਤੇ ਮੈਂ ਹਾਂਜੀ ਆਪਣੇ ਨਿੰਮਾ ਪੇਟੀ ਰਾਮ ਤੀਰਥ ਰੋਡ ਤੇ ਨਿੰਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲਾਉਣ ਡਿਆ ਤੇ ਉਹ ਬੋਰਡ ਲਾਉਣ ਡਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11,000 ਕਰੰਟ ਹੈਗਾ ਚ ਮਾਲਕ ਨੂੰ ਖੁਦ ਚਾਹੀਦਾ ਵੀ ਪੁੱਤ ਕੰਮ ਧਿਆਨ ਨਾ ਕਰੀ ਕਰੰਟ ਬਹੁਤ ਤੇਜ਼ ਹੈਗਾ ਜੀ ਹੈ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲਾਉਂਦਾ ਰਿਹਾ ਹੈ ਉਹਨੂੰ ਪਤਾ ਮੈਂ ਉਹਨੂੰ ਕੱਲ੍ਹ ਵੀ ਸਮਝਾਇਆ ਮੈਂ ਪੁੱਤ ਇੱਥੇ ਦਿਹਾੜੀਆਂ ਨਾ ਲਾਇਆ ਕਰ ਅੱਗੇ ਇੱਥੇ ਕਰੰਟ 2-3 ਵਾਰੀ ਪਿਆ ਹਟਦੇ ਨਹੀਂ ਸੀ ਉਹ ਹੈ ਆਹ ਉਹਦੀ ਘਰ ਦੀ ਦਾ ਬੱਚਾ ਜੋ ਉਹਦਾ ਹੈ ਤੇ ਪ੍ਰਧਾਨ ਕਹਿੰਦਾ ਵੀ ਸਵੇਰੇ ਨਿਬੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾਗੇ ਤੇ ਰਾਤ ਮੀਂਹ ਅੱਜ ਤਾਂ ਹਾਂ ਕਿੱਥੇ ਗਰੀਬਾਂ ਨੇ ਜਾਣਾ ਇਹ ਚੌਧਰੀ ਸਾਹਿਬ ਮੁੰਡਾ ਹੈਗਾ 22-23 ਸਾਲਾਂ ਦਾ 22-23 ਸਾਲਾਂ ਦਾ ਬਾਅਦ ਘਟਦੀ ਆ ਬੱਚਾ ਜੀ ਕਾਹਦਾ ਕੰਮ ਕਰਦਾ ਹੈ ਮਜ਼ਦੂਰੀ ਦਾ ਤੇ ਕਿ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ 5 ਵਜੇ ਹੋਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਆਉਣ ਨਹੀਂ ਡਿਆ ਜੋ ਫੋਨ ਵੀ ਕਰਨ ਦੇ ਚੁੱਕਣ ਨਹੀਂ ਡਿਆ ਜੋ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀਤੀ ਜੀ ਉਹਨੇ ਕੀ ਕਿਹਾ ਉਹ ਇਹ ਜਵਾਬ ਨਹੀਂ ਕੁਝ ਦੇਣ ਦੀ ਜੋ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੌਤ ਗਈ ਮੌਕੇ ਦੀ ਉਹ ਜਿਹੜਾ ਜਿਹਦਾ ਮਾਲਕ ਸੀ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਕੇ ਆਇਆ ਹਸਪਤਾਲ ਮੁੜ ਕੇ ਬਾਅਦ ਚ ਆਇਆ ਨਹੀਂ ਜੋ ਤੇ ਉੱਤੋਂ ਉਹਨੂੰ ਪਾਣੀ ਪਾਤਾ ਕਰੰਟ ਪਿਆ ਉੱਤੋਂ ਪਾਣੀ ਪਾਤਾ ਤੇ ਮਰਨਾ ਹੀ ਅਗਲੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਇਸ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰਦੇ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਭਾਜੀ ਮੰਗ ਇਹ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋਟਾ ਛੋਟਾ ਤੇ ਉਹਦੀ ਘਰ ਦੀ ਆ ਕੁਛ ਸੋਚੇ ਚਾਹ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਨੇ ਕਿੱਥੋਂ ਦਿਹਾੜੀ ਲਾਉਣੀ ਮੇਰੇ ਘਰ ਵਾਲੇ ਨੂੰ ਕੱਲ੍ਹ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ 'ਤੇ ਅਤੇ ਮੈਂ ਭੇਜ ਦਿੱਤਾ ਸੀ ਅਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਛ ਨਹੀਂ ਕੀਤਾ ਅਤੇ ਮੈਂ ਬਾਅਦ ਵਿੱਚ ਉਹਨਾਂ ਨੇ ਕਹਿ ਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਅਤੇ ਇੱਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਕਿੰਨੀ ਕੁ ਉਮਰ ਹੈਗੀ ਉਹਨਾਂ ਦੀ ਹੈਗੀ 22-23 ਸਾਲ ਬੱਚਾ ਇੱਕ ਹਾਂਜੀ ਬੇਟਾ ਇੱਕ ਹੀ 6 ਮਹੀਨਿਆਂ ਦਾ ਸਾਰਾ ਹੁਣ ਮੈਂ ਮੰਗ ਚਾਹੁੰਦੀ ਮੈਨੂੰ ਇਨਸਾਫ ਮਿਲੇ ਮੇਰਾ ਕੋਈ ਛੱਤ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਮੇਰਾ ਹਾਂਜੀ ਅਸੀਂ ਕੋਟ ਖਾਲਸਾ ਤੇ ਜੀ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਛ ਗੱਲ ਨਹੀਂ ਕੀਤੀ ਉਹ ਕਹਿੰਦੇ ਸਵੇਰੇ ਕੰਮ ਕਰਦੇ ਆ ਰਹੇ ਉਹ ਭਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਜੀ ਉਦੋਂ ਬੁਲਾ ਲੈਂਦੇ 4-5 ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੱਦਾਂ ਵੀ ਤੁਸੀਂ ਪੁਲਿਸ ਨੂੰ ਕੰਪਲੇਂਟ ਕਰਤੀ ਇਸ ਬਾਰੇ ਨਹੀਂ ਭਾਜੀ ਉਹਨਾਂ ਨੇ ਕੁਛ ਨਹੀਂ ਬੇੜਾ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਤੇ ਉਹ ਆਏ ਨਹੀਂ ਹਜੇ ਮਾਲਕ ਮਗਾਣ ਆਏ ਨਾ ਜਿਹੜੇ ਮਾਲਕ ਜਿੰਨਾ ਕੰਮ ਦਿੱਤਾ ਮੁਲਾਜ਼ਮ ਇੱਥੇ ਕੋਈ ਨਹੀਂ ਪਹੁੰਚਿਆ ਹਲੇ ਆਏ ਸੀ ਸਰ ਉਹ ਪਤਾ ਨਹੀਂ ਹੁਣ ਉਹ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਛ ਨਹੀਂ ਪਤਾ ਜੀ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕੁਛ ਨਹੀਂ ਆ ਹੁਣ ਚੱਕਣ ਨਹੀਂ ਦੇ ਆਉਣ ਨਹੀਂ ਦੇ ਕਹਿੰਦੇ ਕੱਲ ਨਿਬੇੜਾਂਗੇ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਆ ਮੇਰਾ ਬੱਚਾ ਛੋਟਾ ਵਾ ਮੈਂ ਕਿਤੇ ਕੰਮ ਨਹੀਂ ਕਰ ਸਕਦੀ ਲੜਕੇ ਦਾ ਕਰੰਟ ਲੱਗਣ ਕਰਕੇ ਜਿਹੜੀ ਇਹਦੀ ਡੈਥ ਹੋਈ ਪਤਾ ਲੱਗਾ ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਾ ਇੱਥੇ ਗਵਾਲ ਆਪਣੇ ਪੁੱਤਰੀ ਘਰ ਚੌਂਕ ਦੇ ਵਿੱਚ ਹੋਈ ਆ ਤੇ ਮੌਕੇ ਤੇ ਇੱਥੇ ਆਏ ਹਾਂ ਤਸਦੀਕ ਕਰ ਰਹੇ ਹਾਂ ਤਸਦੀਕ ਕਰਨ ਤੋਂ ਬਾਅਦ ਜੇ ਗੱਲਬਾਤ ਨਹੀਂ ਮਾਲਕ ਨਾਲ ਕੋਈ ਗੱਲ ਕੋਈ ਗੱਲ ਨਹੀਂ ਕਿੰਨੀ ਉਮਰ ਹੈ ਬੰਦੇ ਦੀ ਕਿੰਨੀ ਉਮਰ ਹੈ 22 ਸਾਲ ਮਾਲਕ ਭਰਾ ਕਿੱਥੇ ਹੈ ਹੁਣ
ਮਾਲਕ ਦੁਕਾਨ ਬੰਦ ਹੈ ਜੀ, ਹਾਲੇ ਤੁਹਾਨੂੰ ਤਸਦੀਕ ਕਰਨਾ, ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦਿੱਤਾ? ਨਹੀਂ, ਜਸਟ ਅਸੀਂ ਆਏ ਹਾਂ ਜੀ, ਅਜੇ ਮੌਕੇ 'ਤੇ ਹੁਣ ਆਏ ਹਾਂ, ਸਾਰੀ ਗੱਲ ਤਸਦੀਕ ਕਰਕੇ ਮਿਲੇਗਾ ਜੀ? ਬਿਲਕੁਲ ਜੀ, ਤਸਦੀਕ ਕਰਕੇ ਜੋ ਵੀ ਜਿਹੋ ਜਿਹੇ ਹਾਲਾਤ ਹੋਣਗੇ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ, ਜੋ ਕਾਰਵਾਈ ਹਾਲਾਤ ਮੁਤਾਬਿਕ ਕੀਤੀ।